ਹੈਲੋ ਆਲ ਆਫ ਯੂ, ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅੱਜ ਦੇ ਆਪਣੇ ਨੋਟ ਸੰਬੰਧਿਤ ਹੈ ਜੀ ਪੀ ਐੱਸ ਟੈਟ ਦੇ ਨਾਲ। ਪੀ ਐੱਸ ਟੈਟ ਦਾ ਸਬਜੈਕਟ ਹੈ ਜੀ ਪੰਜਾਬੀ ਲੈਂਗੁਏਜ। ਸੋ ਪੰਜਾਬੀ ਲੈਂਗੁਏਜ ਜੋ ਪੈਟਰਨ ਹੈ ਜੀ, ਪੰਜਾਬੀ ਲੈਂਗੁਏਜ ਜੋ ਸਿਲੇਬਸ ਹੈ ਜੀ ਪੀ ਐੱਸ ਟੈਟ ਦਾ, ਉਹਦੇ ਨਾਲ ਸੰਬੰਧਿਤ ਇਹ ਟੋਪਿਕ ਹੈ ਜੀ। ਸੋ ਆਪਣੀ ਪਲੇਲਿਸਟ ਅਲੱਗ ਤੋਂ ਬਣੀ ਹੋਈ ਹੈ, ਜਿਹਦੇ ਵਿੱਚ ਮੈਂ ਸੀਕੁਐਂਸ ਵਾਈਜ਼ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ। ਇਹ ਵੀਡੀਓਜ਼ ਤੁਹਾਡੀ ਜ਼ਰੂਰ ਜਿਹੜੀ ਹੈਲਪ ਹੈ ਉਹ ਕਰਨਗੀਆਂ। ਆਪਾਂ ਜਿਹੜਾ ਨਾਮ ਪੜਨਾਮ ਕਰ ਚੁੱਕੇ ਹਾਂ, ਇਸ ਤੋਂ ਇਲਾਵਾ ਆਪਾਂ ਵਿਆਕਰਨ ਕਰ ਚੁੱਕੇ ਹਾਂ, ਕਾਫੀ ਆਪਾਂ ਜਿਹੜਾ ਡਿਟੇਲ ਦੇ ਵਿੱਚ ਪੜ ਚੁੱਕੇ ਹਾਂ। ਅੱਜ ਜੋ ਆਪਾਂ ਪੜ੍ਹਨਾ ਜੀ, ਉਹ ਆਪਾਂ ਪੜ੍ਹਾਂਗੇ ਜੀ ਵਿਸ਼ੇਸ਼ਣ ਦੇ ਬਾਰੇ ਦੇ ਵਿੱਚ ਆਪਾਂ ਪੜ੍ਹਾਂਗੇ ਜੀ। ਠੀਕ ਹੈ ਜੀ, ਵਿਸ਼ੇਸ਼ਣ ਹੈ ਜੀ। ਸੋ ਫਸਟ ਇਹਦੇ ਵਿੱਚ ਜਿਹੜਾ ਪੁਆਇੰਟ ਹੈਗਾ ਜੀ ਆਪਣਾ, ਇਹ ਹੈਗਾ ਜੀ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੀ ਜਾਣਕਾਰੀ ਮਿਲਦੀ ਹੈ। ਸੋ ਵਿਸ਼ੇਸ਼ਣ ਕੀ ਹੈ? ਜਿਸ ਦੇ ਨਾਲ ਵਿਸ਼ੇਸ਼ਣ ਕੀ ਹੈ ਜੀ, ਜਿਸ ਦੇ ਨਾਲ ਨਾਮ ਜਾਂ ਪੜਨਾਮ ਦੀ ਜਿਹੜੀ ਵਿਸ਼ੇਸ਼ਤਾ ਦੀ ਜਿਹੜੀ ਜਾਣਕਾਰੀ ਉਹ ਮਿਲਦੀ ਹੈ। ਵਿਸ਼ੇਸ਼ਣ ਵਿਸ਼ੇਸ਼ ਗੁਣ ਔਗਣ ਨੂੰ ਦਰਸਾਉਂਦਾ। ਜੇਕਰ ਆਪਾਂ ਵਿਸ਼ੇਸ਼ਣ ਦੀ ਗੱਲ ਕਰੀਏ ਤਾਂ ਵਿਸ਼ੇਸ਼ਣ ਕੀ ਹੈ ਜੀ, ਵਿਸ਼ੇਸ਼ਣ ਵਿਸ਼ੇਸ਼ ਗੁਣ ਔਗਣ ਨੂੰ ਦਰਸਾਉਂਦਾ ਹੈ। ਸੋ ਵਿਸ਼ੇਸ਼ਣ ਕੀ ਹੈ ਜੀ, ਨਾਮ ਜਾਂ ਪੜਨਾਮ ਦੀ ਵਿਸ਼ੇਸ਼ਣਾਂ ਦੀ ਜਿਹੜੀ ਜਾਣਕਾਰੀ ਹੈ ਉਹ ਮਿਲਦੀ ਹੈ। ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੀ ਜਾਣਕਾਰੀ ਹੈ ਉਹ ਮਿਲਦੀ ਹੈ। ਵਿਸ਼ੇਸ਼ਣ ਵਿਸ਼ੇਸ਼ ਗੁਣ ਅਤੇ ਵਿਸ਼ੇਸ਼ਣ ਹੈ ਜਿਹੜਾ ਉਹ ਵਿਸ਼ੇਸ਼ ਗੁਣ ਅਤੇ ਔਗਣ ਨੂੰ ਦਰਸਾਉਂਦਾ ਹੈ। ਐਗਜ਼ਾਮਪਲ ਦੇ ਤੌਰ 'ਤੇ ਜੇਕਰ ਆਪਾਂ ਵਿਸ਼ੇਸ਼ਣ ਦੀ ਗੱਲ ਕਰੀਏ ਤਾਂ ਜਿਵੇਂ ਪੀਲਾ, ਕਾਲਾ, ਚੰਗਾ, ਬੁਰਾ, ਸੋਹਣਾ, ਇਹ ਕੀ ਹੈ ਜੀ, ਇਹ ਵਿਸ਼ੇਸ਼ਣ ਆ, ਵਿਸ਼ੇਸ਼ਣ ਦੀਆਂ ਐਗਜ਼ਾਮਪਲਸ ਨੇ। ਠੀਕ ਹੈ, ਉਦਾਹਰਣ ਦੇ ਤੌਰ 'ਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਪੀਲਾ, ਕਾਲਾ, ਚੰਗਾ, ਬੁਰਾ, ਸੋਹਣਾ, ਇਹ ਕੀ ਹੈ ਜੀ, ਵਿਸ਼ੇਸ਼ਣ ਦੀਆਂ ਐਗਜ਼ਾਮਪਲਸ ਨੇ। ਠੀਕ ਹੈ, ਜਿਵੇਂ ਆਪਾਂ ਕਹਿ ਦਈਏ ਇਹ ਮੁੰਡਾ ਬਹੁਤ ਕਾਲਾ ਹੈ, ਇਹ ਮੁੰਡਾ ਚੰਗਾ ਹੈ, ਠੀਕ ਹੈ, ਇਹ ਕੰਮ ਬੁਰਾ ਹੈ, ਹੈ ਨਾ, ਘਰ ਕਿੰਨਾ ਸੋਹਣਾ ਹੈ, ਤਾਂ ਮਤਲਬ ਜਿੱਥੋਂ ਆਪਾਂ ਨੂੰ ਉਹਦੀ ਜਿਹੜੀ ਵਿਸ਼ੇਸ਼ਤਾ ਪਤਾ ਲੱਗਦੀ ਹੈ ਨਾ, ਤਾਂ ਉਹ ਕੀ ਹੈ ਜੀ, ਵਿਸ਼ੇਸ਼ਣ ਹੈ। ਸੋ ਵਿਸ਼ੇਸ਼ਣ ਦੇ ਪ੍ਰਕਾਰ ਕਿਸਮਾਂ ਦੀ ਆਪਾਂ ਗੱਲ ਕਰਦੇ ਹਾਂ ਜੀ, ਵਿਸ਼ੇਸ਼ਣ ਦੇ ਪ੍ਰਕਾਰ ਕਿਸਮਾਂ ਦੀ ਆਪਾਂ ਗੱਲ ਕਰ ਲੈਂਦੇ ਹਾਂ, ਵਿਸ਼ੇਸ਼ਣ ਦੇ ਪ੍ਰਕਾਰ ਕਿਸਮਾਂ। ਸੋ ਫਸਟ ਹੈ ਜੀ ਇਹਦੇ ਵਿੱਚ ਗੁਣਵਾਚਕ ਵਿਸ਼ੇਸ਼ਣ ਦੀ ਆਪਾਂ ਗੱਲ ਕਰਾਂਗੇ। ਫਸਟ ਗੁਣਵਾ, ਇਹਨਾਂ ਦੇ ਨੇਮ ਤੋਂ ਹੀ ਕਲੀਅਰ ਹੋ ਜਾਣਾ ਜੀ ਇਹ ਕਿਹੜਾ ਵਿਸ਼ੇਸ਼ਣ ਹੈ, ਕਿਸ ਤਰ੍ਹਾਂ ਦੀ ਵਿਸ਼ੇਸ਼ਤਾ ਦੱਸਦਾ। ਜਿਹੜਾ ਤਾਂ ਗੁਣ ਦੱਸੇ ਉਹ ਕੀ ਹੈ ਜੀ, ਗੁਣਵਾਚਕ ਵਿਸ਼ੇਸ਼ਣ ਹੈ। ਠੀਕ ਹੈ, ਇਹਨੂੰ ਆਪਾਂ ਰੀਡ ਕਰਦੇ ਹਾਂ ਤਾਂ ਫਿਰ ਕਲੀਅਰ ਹੋ ਜਾਏਗਾ। ਗੁਣਵਾਚਕ ਵਿਸ਼ੇਸ਼ਣ ਹੈ ਕੀ ਹੈ ਜੀ, ਕਿਸੇ ਨਾਮ ਜਾਂ ਪੜਨਾਮ ਦੇ ਗੁਣ ਔਗਣ ਬਾਰੇ ਜਿਹੜਾ ਪਤਾ ਲੱਗਦਾ, ਜਿੱਥੋਂ ਸਾਨੂੰ ਕਿਸੇ ਨਾਮ ਜਾਂ ਪੜਨਾਮ ਦੇ ਗੁਣ ਔਗਣ ਦੇ ਬਾਰੇ ਦੇ ਵਿੱਚ ਜਿਹੜਾ ਪਤਾ ਉਹ ਲੱਗਦਾ, ਤਾਂ ਉਹਨੂੰ ਉਹ ਕੀ ਹੁੰਦਾ ਜੀ, ਗੁਣ ਵਾਚਕ ਵਿਸ਼ੇਸ਼ਣ ਹੈ। ਗੁਣ ਦੇ ਬਾਰੇ ਦੇ ਵਿੱਚ ਪਤਾ ਲੱਗਦਾ ਅਤੇ ਔਗਣ ਦੇ ਬਾਰੇ ਦੇ ਵਿੱਚ ਜਿਹੜਾ ਪਤਾ ਲੱਗਦਾ, ਕਿਸੇ ਨਾਮ ਜਾਂ ਪੜਨਾਮ ਦੇ ਗੁਣ ਔਗਣ ਦੇ ਬਾਰੇ ਦੇ ਵਿੱਚ ਪਤਾ ਲੱਗਦਾ। ਅਤੇ ਇਹ ਅੱਗੋਂ ਜਿਹੜਾ ਤਿੰਨ ਪ੍ਰਕਾਰ ਦਾ ਹੁੰਦਾ ਜੀ, ਤਿੰਨ ਪ੍ਰਕਾਰ ਦਾ ਗੁਣਵਾਚਕ ਵਿਸ਼ੇਸ਼ਣ ਦੀਆਂ ਅੱਗੋਂ ਕਿਸਮਾਂ ਕਿੰਨੀਆਂ ਜੀ, ਤਿੰਨ ਪ੍ਰਕਾਰ ਦੀਆਂ ਨੇ। ਗੁਣਵਾਚਕ ਵਿਸ਼ੇਸ਼ਣ ਦੀਆਂ ਕਿਸਮਾਂ ਕਿੰਨੀਆਂ ਜੀ, ਤਿੰਨ ਹੈ ਜੀ, ਸਧਾਰਨ ਗੁਣਵਾਚਕ ਵਿਸ਼ੇਸ਼ਣ, ਅਧਿਕਤਰ ਗੁਣਵਾਚਕ ਵਿਸ਼ੇਸ਼ਣ ਅਤੇ ਅਧਿਕਤਮ ਗੁਣਵਾਚਕ ਵਿਸ਼ੇਸ਼ਣ। ਸੋ ਗੁਣਵਾਚਕ ਵਿਸ਼ੇਸ਼ਣ ਦੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਤਿੰਨ ਕਿਸਮਾਂ ਜੀ ਗੁਣਵਾਚਕ ਵਿਸ਼ੇਸ਼ਣ ਦੀਆਂ, ਸਧਾਰਨ ਗੁਣਵਾਚਕ ਵਿਸ਼ੇਸ਼ਣ ਕਿਸਮ ਹੈ ਜੀ, ਸਧਾਰਨ ਗੁਣਵਾਚਕ ਵਿਸ਼ੇਸ਼ਣ, ਅਧਿਕਤਰ ਗੁਣਵਾਚਕ ਵਿਸ਼ੇਸ਼ਣ ਅਤੇ ਅਧਿਕਤਮ ਗੁਣਵਾਚਕ ਵਿਸ਼ੇਸ਼ਤਮ ਵਾਚਕ ਵਿਸ਼ੇਸ਼ਣ। ਸੋ ਸਧਾਰਨ ਗੁਣਵਾਚਕ ਵਿਸ਼ੇਸ਼ਣ ਕੀ ਹੈ ਜੀ, ਕਿਸੇ ਨਾਮ ਜਾਂ ਪੜਨਾਮ ਦੀ ਸਧਾਰਨ ਇੱਕੋ ਵਿਸ਼ੇਸ਼ਤਾ ਦਰਸਾਈ ਹੋਵੇ। ਕਿਸੇ ਨਾਮ ਜਾਂ ਪੜਨਾਮ ਦੀ ਗੱਲ ਆਪਾਂ ਕਰੀਏ ਤਾਂ ਕਿਸੇ ਨਾਮ ਜਾਂ ਪੜਨਾਮ ਦੀ ਸਧਾਰਨ ਵਿਸ਼ੇਸ਼ਤਾ ਜਿੱਥੇ ਜਿਹੜੀ ਦਰਸਾਈ ਹੋਵੇ,
ਤਾਂ ਉਹ ਕੀ ਹੈ ਜੀ, ਸਧਾਰਨ ਗੁਣਵਾਚਕ ਵਿਸ਼ੇਸ਼ਣ ਹੁੰਦਾ ਜੀ। ਜਿਵੇਂ ਬੁੱਢਾ ਆਦਮੀ ਪਾਠ ਕਰ ਰਿਹਾ ਹੈ, ਉਹ ਕੁੜੀ ਸੋਹਣੀ ਹੈ। ਕਿਸੇ ਨਾਮ ਜਾਂ ਪੜਨਾਮ ਦੀ ਜਿਹੜੀ ਸਧਾਰਨ ਵਿਸ਼ੇਸ਼ਤਾ ਜਿੰਦੇ ਦੇ ਵਿੱਚ ਦਰਸਾਈ ਜਾਂਦੀ ਹੈ, ਤਾਂ ਉਹ ਕੀ ਹੈ ਜੀ, ਸਧਾਰਨ ਗੁਣਵਾਚਕ ਵਿਸ਼ੇਸ਼ਣ। ਅਧਿਕਤਰ ਗੁਣਵਾਚਕ ਵਿਸ਼ੇਸ਼ਣ ਕੀ ਹੈ ਜੀ, ਨਾਮ ਜਾਂ ਪੜਨਾਮ, ਨਾਮ ਜਾਂ ਪੜਨਾਮ ਸ਼ਬਦਾਂ ਦੀ ਹੋਰਨਾਂ ਨਾਮ ਪੜਨਾਮ ਸ਼ਬਦਾਂ ਨਾਲ ਤੁਲਨਾ, ਕਿਸੇ ਵਿਸ਼ੇਸ਼ ਗੁਣ ਨੂੰ ਲੈ ਕੇ ਤੁਲਨਾ ਕੀਤੀ ਜਾਂਦੀ ਹੈ। ਸੋ ਨਾਮ ਜਾਂ ਪੜਨਾਮ ਦੀ, ਨਾਮ ਜਾਂ ਪੜਨਾਮ ਸ਼ਬਦਾਂ ਦੀ ਹੋਰਨਾਂ ਨਾਮ ਪੜਨਾਮ ਸ਼ਬਦਾਂ ਦੇ ਨਾਲ, ਹੋਰਨਾਂ ਨਾਮ ਪੜਨਾਮ ਸ਼ਬਦਾਂ ਦੇ ਨਾਲ ਤੁਲਨਾ, ਕਿਸੇ ਵਿਸ਼ੇਸ਼ ਗੁਣ ਨੂੰ ਲੈ ਕੇ ਤੁਲਨਾ ਕੀਤੀ ਜਾਂਦੀ, ਜਦੋਂ ਕਿਸੇ ਵਿਸ਼ੇਸ਼ ਗੁਣ ਨੂੰ ਲੈ ਕੇ ਜਿਹੜੀ ਤੁਲਨਾ ਉਹ ਕੀਤੀ ਜਾਂਦੀ ਹੈ। ਨਾਮ ਜਾਂ ਪੜਨਾਮ ਸ਼ਬਦਾਂ ਦੀ ਹੋਰਨਾਂ ਨਾਮ ਪੜਨਾਮ ਸ਼ਬਦਾਂ ਦੇ ਨਾਲ ਜਿਹੜੀ ਤੁਲਨਾ ਹੁੰਦੀ ਹੈ, ਠੀਕ ਹੈ, ਕਿਸੇ ਵਿਸ਼ੇਸ਼ ਗੁਣ ਨੂੰ ਲੈ ਕੇ ਤੁਲਨਾ ਕੀਤੀ ਜਾਂਦੀ ਹੈ, ਤਾਂ ਉਹ ਕੀ ਹੁੰਦੀ ਹੈ, ਅਧਿਕਤਰ ਗੁਣਵਾਚਕ ਵਿਸ਼ੇਸ਼ਣ। ਜਿਵੇਂ ਇੱਥੇ ਉਗਜ਼ਾਮਪਲ ਹੈ ਜੀ, ਮਿੰਦੋ ਸ਼ਿੰਦੋ ਨਾਲੋਂ ਵੱਧ ਹੁਸ਼ਿਆਰ ਹੈ, ਤੁਲਨਾ ਕੀਤੀ ਜਾ ਰਹੀ ਹੈ ਨਾ, ਮਿੰਦੋ ਹੈ ਜਿਹੜੀ, ਮਿੰਦੋ ਹੈ ਉਹ ਸ਼ਿੰਦੋ ਨਾਲੋਂ ਵੱਧ ਹੁਸ਼ਿਆਰ ਹੈ, ਇਹ ਮੁੰਡਾ ਉਸ ਤੋਂ ਬਹਾਦਰ ਹੈ, ਤੇ ਜਿੱਥੇ ਤੁਲਨਾ ਆਵੇਗੀ ਉਹ ਕੀ ਹੋਵੇਗਾ ਜੀ, ਅਧਿਕਤਰ ਗੁਣਵਾਚਕ ਵਿਸ਼ੇਸ਼ਣ ਹੋਵੇਗਾ। ਨੈਕਸਟ ਹੈ ਜੀ ਅਧਿਕਤਮ, ਅਧਿਕਤਮ ਗੁਣਵਾਚਕ ਵਿਸ਼ੇਸ਼ਣ ਕਿਹੜਾ ਹੈ ਜੀ, ਇੱਕ ਨਾਮ ਪੜਨਾਮ ਦੀ ਪੂਰੀ ਸ਼੍ਰੇਣੀ ਨਾਲ ਤੁਲਨਾ ਕੀਤੀ ਜਾਵੇ, ਠੀਕ ਹੈ, ਅਧਿਕਤਮ, ਅਧਿਕਤਮ ਗੁਣਵਾਚਕ ਵਿਸ਼ੇਸ਼ਣ ਕੀ ਹੈ ਜੀ, ਅਧਿਕਤਮ ਗੁਣਵਾਚਕ ਵਿਸ਼ੇਸ਼ਣ ਕੀ ਹੈ ਜੀ, ਅਧਿਕਤਮ, ਅਧਿਕਤਮ ਗੁਣਵਾਚਕ ਵਿਸ਼ੇਸ਼ਣ ਕੀ ਹੈ ਜੀ, ਇੱਕ ਨਾਮ ਪੜਨਾਮ ਦੀ ਪੂਰੀ ਸ਼੍ਰੇਣੀ ਨਾਲ ਤੁਲਨਾ ਕੀਤੀ ਜਾਵੇ, ਇੱਕ ਨਾਮ ਪੜਨਾਮ ਦੀ ਜਿਹੜੀ ਹੈ, ਇੱਕ ਨਾਮ ਪੜਨਾਮ ਦੀ ਪੂਰੀ ਸ਼੍ਰੇਣੀ ਦੇ ਨਾਲ ਜਿਹੜੀ ਤੁਲਨਾ ਹੈ ਉਹ ਕੀਤੀ ਜਾਵੇ। ਅਧਿਕਤਮ ਗੁਣਵਾਚਕ ਵਿਸ਼ੇਸ਼ਣ ਕੀ ਹੈ ਜੀ, ਇੱਕ ਨਾਮ ਪੜਨਾਮ ਦੀ ਪੂਰੀ ਸ਼੍ਰੇਣੀ ਦੇ ਨਾਲ ਜਿਹੜੀ ਹੈ, ਇੱਕ ਨਾਮ ਪੜਨਾਮ ਦੀ ਪੂਰੀ ਸ਼੍ਰੇਣੀ ਦੇ ਨਾਲ ਜਿਹੜੀ ਤੁਲਨਾ ਹੈ ਉਹ ਕੀਤੀ ਜਾਵੇ, ਕਿਸੇ ਇੱਕ ਪਰਸਨ ਦੇ ਨਾਲ ਤੁਲਨਾ ਨਾ ਕੀਤੀ ਜਾਵੇ, ਪੂਰੀ ਸ਼੍ਰੇਣੀ ਦੇ ਨਾਲ ਤੁਲਨਾ ਕੀਤੀ ਜਾਵੇ, ਠੀਕ ਹੈ। ਜਿਵੇਂ ਇਹ ਮੁੰਡਾ ਸਾਰੀ ਜਮਾਤ ਵਿੱਚੋਂ ਹੁਸ਼ਿਆਰ ਹੈ, ਇਹ ਸਭ ਨਾਲੋਂ ਬਹਾਦਰ ਹੈ, ਇਹ ਕਾਰ ਸਭ ਤੋਂ ਕੀਮਤੀ ਹੈ, ਇਹ ਬੰਦਾ ਸਭ ਤੋਂ ਕਾਲਾ ਹੈ, ਇਹ ਬੰਦਾ ਸਭ ਤੋਂ ਕਾਲਾ ਹੈ। ਗੁਣਵਾਚਕ ਵਿਸ਼ੇਸ਼ਣ ਦੀਆਂ ਕਿਸਮਾਂ ਜੀ, ਸਧਾਰਨ ਗੁਣਵਾਚਕ ਵਿਸ਼ੇਸ਼ਣ ਹੈ, ਸਧਾਰਨ ਗੁਣਵਾਚਕ ਵਿਸ਼ੇਸ਼ਣ ਹੈ ਜੀ, ਸਧਾਰਨ ਗੁਣਵਾਚਕ ਵਿਸ਼ੇਸ਼ਣ ਹੈ, ਅਧਿਕਤਰ ਗੁਣਵਾਚਕ ਵਿਸ਼ੇਸ਼ਣ ਹੈ, ਤੇ ਅਧਿਕਤਮ ਗੁਣਵਾਚਕ ਵਿਸ਼ੇਸ਼ਣ ਹੈ। ਸਧਾਰਨ ਕੀ ਹੈ, ਸਧਾਰਨ ਦੀ ਵਿਸ਼ੇਸ਼ਤਾ ਦਰਸਾਈ ਜਾਵੇ, ਅਧਿਕਤਰ ਦੇ ਵਿੱਚ ਕੀ ਹੈ, ਇੱਕ ਪਰਸਨ ਦੇ ਨਾਲ ਜਿਹੜੀ ਤੁਲਨਾ ਉਹ ਦੱਸੀ ਜਾਂਦੀ ਹੋਵੇ, ਤੇ ਅਧਿਕਤਮ ਇੱਕ ਤੋਂ ਜ਼ਿਆਦਾ ਪਰਸਨ ਹੋਣ, ਪੂਰੀ ਸ਼੍ਰੇਣੀ ਹੋਵੇ ਉਹਦੇ ਵਿੱਚ ਜਿਹੜੀ ਤੁਲਨਾ ਦੱਸੀ ਜਾਵੇ, ਤਾਂ ਉਹ ਕੀ ਹੁੰਦਾ ਹੈ, ਅਧਿਕਤਮ ਗੁਣਵਾਚਕ ਵਿਸ਼ੇਸ਼ਣ। ਨੈਕਸਟ ਹੈ ਜੋ ਜੀ ਹੁਣ ਸੰਖਿਆਵਾਚਕ ਵਿਸ਼ੇਸ਼ਣ, ਨੇਮ ਤੋਂ ਹੀ ਕਲੀਅਰ ਕੀ ਸੰਖਿਆ ਦੇ ਨਾਲ ਜਿਹੜਾ ਸੰਬੰਧਿਤ ਹੈ ਜੀ। ਸੋ ਸੰਖਿਆ ਦੀ ਅੱਗੋਂ ਵਿਸ਼ੇਸ਼ਤਾ ਦਰਸਾਈ ਜਾਂਦੀ ਹੈ, ਸੰਖਿਆਵਾਂ ਦੀ ਅੱਗੋਂ ਜਿਹੜੀ ਵਿਸ਼ੇਸ਼ਤਾ ਦਰਸਾਈ ਜਾਂਦੀ ਹੈ। ਉਦਾਹਰਣ ਦੀ ਗੱਲ ਕਰੀਏ ਤਾਂ ਇੱਕ, ਉਦਾਹਰਣ ਦੀ ਗੱਲ ਕਰੀਏ, ਇੱਕ ਦੋ ਪਹਿਲਾ ਦੂਜਾ ਦੁੱਗਣਾ ਤਿਗਣਾ ਅੱਧਾ ਪੌਣਾ, ਠੀਕ ਹੈ ਜੀ, ਇਹ ਕੀ ਹੈ, ਸੰਖਿਆਵਾਂ ਨੇ। ਸੰਖਿਆਵਾਚਕ ਵਿਸ਼ੇਸ਼ਣ ਕੀ ਹੈ ਕਿ ਸੰਖਿਆਵਾਂ ਦੀ ਅੱਗੋਂ ਜਿਹੜੀ ਵਿਸ਼ੇਸ਼ਤਾ ਹੈ, ਸੰਖਿਆਵਾਂ ਦੀ ਅੱਗੋਂ ਜਿਹੜੀ ਵਿਸ਼ੇਸ਼ਤਾ ਦਰਸਾਈ ਜਾਂਦੀ ਹੈ। ਉਦਾਹਰਣ ਦੇ ਵਿੱਚ ਇੱਕ ਦੋ ਪਹਿਲਾ ਦੂਜਾ ਦੁੱਗਣਾ ਤਿਗਣਾ ਅੱਧਾ ਪੌਣਾ। ਸੋ ਉਦਾਹਰਣ ਦੇ ਤੌਰ 'ਤੇ ਗੱਲ ਕਰੀਏ ਤਾਂ ਉਹ ਪਹਿਲੇ ਨੰਬਰ 'ਤੇ, ਉਦਾਹਰਣ 'ਤੇ ਗੱਲ ਕਰੀਏ ਤਾਂ ਉਹ ਪਹਿਲੇ ਨੰਬਰ 'ਤੇ ਆਈ ਹੈ, ਮੇਰੀ ਦਾਦੀ ਜੀ ਦੀ ਉਮਰ ਜਿਹੜੀ ਆ ਉਹ 80 ਸਾਲ ਹੈ। ਸੋ ਸੰਖਿਆਵਾਚਕ ਵਿਸ਼ੇਸ਼ਣ ਹੈ ਜੀ, ਜਿਹਦੇ ਵਿੱਚ ਜਿਹੜੀ ਸੰਖਿਆ ਹੈ ਉਹ ਦੱਸੀ ਜਾਂਦੀ ਹੈਗੀ ਹੈ ਜੀ। ਨੈਕਸਟ ਹੈ ਜੀ ਪਰਿਮਾਣਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ ਹੈ ਜੀ, ਪਰਿਮਾਣਵਾਚਕ ਵਿਸ਼ੇਸ਼ਣ ਦੀ ਜੇਕਰ ਆਪਾਂ ਗੱਲ ਕਰੀਏ,
ਕਿਸੇ ਵਿਸ਼ੇਸ਼ ਗਿਣਤੀ ਮਿਣਤੀ ਮਾਪਦੋਲ ਬਾਰੇ ਦੱਸਣਾ ਹੋਵੇ ਸੀ, ਕਿਸੇ ਵਿਸ਼ੇਸ਼ ਗਿਣਤੀ ਮਿਣਤੀ ਮਾਪਦੋਲ ਬਾਰੇ ਦੇ ਵਿੱਚ ਦੱਸਣਾ ਹੋਵੇ, ਉਦਾਹਰਣ ਦੇ ਵਿੱਚ ਲੀਟਰ ਮੀਟਰ ਅੱਧਾ ਕਿਲੋ ਕਿਲੋ 10,000। ਪਰਿਮਾਣਵਾਚਕ ਵਿਸ਼ੇਸ਼ਣ ਕੀ ਹੈ? ਜਿਹਦੇ ਵਿੱਚ ਪਰਿਮਾਣ ਦੱਸਿਆ ਜਾਂਦਾ, ਜਿਵੇਂ ਲੀਟਰ ਹੈ ਜੀ, ਜੇ ਮੀਟਰ ਹੈ ਜੀ, ਇਹ ਅੱਧਾ ਕਿਲੋ ਹੈ, ਇਹ ਕਿਲੋ ਹੈ, ਇਹ 10 ਲੀਟਰ ਹੈ ਨਾ, ਇਹ ਪਾਈਆ ਹੈ, ਇਹ ਗ੍ਰਾਮ ਹੈ, ਹੈ ਨਾ। ਸੋ ਇਹ ਇਹਦਾ ਜਿਹੜਾ ਪਰਿਮਾਣ ਇੱਕ ਦੱਸਿਆ ਜਾਂਦਾ ਵਾ ਜਿਹਦੇ ਵਿੱਚ, ਠੀਕ ਹੈ। ਪਰਿਮਾਣਵਾਚਕ ਵਿਸ਼ੇਸ਼ਣ ਕੀ ਹੈ? ਕਿਸੇ ਵਿਸ਼ੇਸ਼ ਗਿਣਤੀ ਮਿਣਤੀ ਮਾਪਦੋਲ ਦੇ ਬਾਰੇ ਦੇ ਵਿੱਚ ਦੱਸਣਾ, ਜਿੱਥੇ ਜਿਹੜਾ ਕਿਸੇ ਵਿਸ਼ੇਸ਼ ਪਰਿਮਾਣਵਾਚਕ ਵਿਸ਼ੇਸ਼ਣ ਕੀ ਹੈ ਕਿ ਕਿਸੇ ਵਿਸ਼ੇਸ਼ ਗਿਣਤੀ ਦੇ ਬਾਰੇ ਦੇ ਵਿੱਚ ਦੱਸਿਆ ਜਾਂਦਾ, ਮਿਣਤੀ ਦੇ ਬਾਰੇ ਦੱਸਿਆ ਜਾਂਦਾ, ਮਾਪਦੋਲ ਦੇ ਬਾਰੇ ਦੇ ਵਿੱਚ ਦੱਸਣਾ। ਉਦਾਹਰਣ ਦੇ ਤੌਰ 'ਤੇ ਲੀਟਰ ਮੀਟਰ ਅੱਧਾ ਕਿਲੋ ਕਿਲੋ 10 ਲੀਟਰ ਪਾਈਆ ਗ੍ਰਾਮ, ਇਹ ਜਿਵੇਂ ਕਹਿ ਦਿੰਦੇ ਹਾਂ ਆਪਾਂ ਜੀ, ਇਹ 10 ਗ੍ਰਾਮ ਦੀ ਚੈਨੀ ਹੈ। ਸੋ ਇਹ 10 ਗ੍ਰਾਮ ਦੀ ਚੈਨੀ ਹੈ। ਵਸਤੂਆਂ ਦਾ ਮਾਪਦੋੜ ਪਰਿਮਾਣਵਾਚਕ ਵਿਸ਼ੇਸ਼ਣ ਹੈ। ਸੋ ਜਿਵੇਂ ਆਪਾਂ ਕਹਿ ਦਿੰਦੇ, ਇਹ 10 ਗ੍ਰਾਮ ਦੀ ਜਿਹੜੀ ਚੈਨੀ ਹੈ, ਵਸਤੂਆਂ ਦਾ ਮਾਪਤੋਲ ਹੈ ਜਿਹੜਾ, ਇਹ ਪ੍ਰਮਾਣਵਾਚਕ ਵਿਸ਼ੇਸ਼ਣ ਹੈ। ਵਸਤੂਆਂ ਦਾ ਮਾਪਤੋਲ ਕੀ ਹੈ? ਪ੍ਰਮਾਣਵਾਚਕ ਵਿਸ਼ੇਸ਼ਣ ਹੈ, ਜਿਹਦੇ ਵਿੱਚ ਸਿਰਫ ਪ੍ਰਮਾਣ ਦੱਸਿਆ ਜਾਂਦਾ ਹੈ ਨਾ, ਲੀਟਰ ਹੈ, ਮੀਟਰ ਹੈ, ਅੱਧਾ ਕਿਲੋ ਹੈ, ਇੱਦਾਂ। ਨੈਕਸਟ ਆ ਜਾਓ ਜੀ, ਨਿਸ਼ਚੈ ਵਾਚਕ ਵਿਸ਼ੇਸ਼ਣ ਦੀ ਆਪਾਂ ਗੱਲ ਕਰਦੇ ਹਾਂਗੇ ਅੱਜ, ਅੱਗੋ ਜਿਹੜੀ ਹੈ ਨਿਸ਼ਚੈ ਵਾਚਕ ਵਿਸ਼ੇਸ਼ਣ। ਨਿਸ਼ਚੈ ਵਾਚਕ ਵਿਸ਼ੇਸ਼ਣ ਕੀ ਹੈ ਜੀ? ਇਸ਼ਾਰੇ ਨਾਲ ਕਿਸੇ ਚੀਜ਼, ਵਸਤੂ, ਨਾਮ, ਪੜਨਾਮ ਦੀ ਵਿਸ਼ੇਸ਼ਤਾ ਦੱਸਣਾ ਹੈ, ਦੱਸਦੇ ਹਾਂ। ਨਿਸ਼ਚੈਵਾਚਕ ਵਿਸ਼ੇਸ਼ਣ ਕੀ ਹੈ ਕਿ ਜਿਸ ਦੇ ਨਾਲ, ਇਸ਼ਾਰੇ ਦੇ ਨਾਲ ਜਿਹੜਾ ਆਪਾਂ ਕਿਸੇ ਚੀਜ਼, ਵਸਤੂ, ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਆਪਾਂ ਦੱਸਦੇ ਹਾਂ। ਇਸ਼ਾਰੇ ਦੇ ਨਾਲ ਆਪਾਂ ਦੱਸਦੇ ਹਾਂ ਜੀ ਕਿਸੇ ਚੀਜ਼ ਦੀ, ਵਸਤੂ ਦੀ, ਨਾਮ ਅਤੇ ਪੜਨਾਮ ਦੀ ਵਿਸ਼ੇਸ਼ਤਾ ਆਪਾਂ ਦੱਸਦੇ ਹਾਂ। ਨਿਸ਼ਚੈਵਾਚਕ ਵਿਸ਼ੇਸ਼ਣ ਕੀ ਹੈ ਜੀ? ਇਸ਼ਾਰੇ ਨਾਲ ਆਪਾਂ ਜਿਹੜੀ ਕਿਸੇ ਚੀਜ਼, ਵਸਤੂ, ਨਾਮ, ਪੜਨਾਮ ਦੀ ਜਿਹੜੀ ਵਿਸ਼ੇਸ਼ਤਾ ਹੈ ਉਹ ਆਪਾਂ ਦੱਸਦੇ ਹਾਂ। ਸੋ ਨਿਸ਼ਚੈਵਾਚਕ ਵਿਸ਼ੇਸ਼ਣ ਦੇ ਪ੍ਰਕਾਰ ਕਿਹੜੇ ਕਿਹੜੇ ਨੇ? ਨਿਸ਼ਚੈਵਾਚਕ ਵਿਸ਼ੇਸ਼ਣ ਦੇ 2 ਪ੍ਰਕਾਰ ਨੇ, ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਦੇ ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ, ਠੀਕ ਹੈ, 2 ਹੈ ਜੀ। ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਅਤੇ ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ। ਸੋ ਨਿਕਟਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਕੀ ਹੈ? ਨੇੜੇ ਵਸਤੂਆਂ ਦੇ ਲਈ ਇਹ ਵਰਤਿਆ ਜਾਂਦਾ, ਨੇੜੇ ਵਾਲੀਆਂ ਜਿਹੜੀਆਂ ਵਸਤੂਆਂ ਉਹਨਾਂ ਦੇ ਲਈ ਇਹ ਵਰਤਿਆ ਜਾਂਦਾ। ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਹੈ ਜੀ ਦੂਰ ਦੀਆਂ ਵਸਤੂਆਂ ਦੇ ਲਈ ਵਰਤਿਆ ਜਾਂਦਾ। ਸੋ ਨਿਕਟਵਰਤੀ ਨੇੜੇ ਵਾਲੀਆਂ ਵਸਤੂਆਂ, ਜਿਵੇਂ ਇਹ ਬਹੁਤ ਸੋਹਣਾ ਮੁੰਡਾ, ਮਤਲਬ ਨੇੜੇ ਵਾਲੀਆਂ ਚੀਜ਼ਾਂ ਦੱਸਣਾ, ਇਹ ਬਹੁਤ ਸੋਹਣਾ ਮੁੰਡਾ ਹੈ, ਇਹ ਬਹੁਤ ਚੰਗਾ ਹੈ, ਹੈ ਨਾ, ਇਹ ਬਹੁਤ ਹੁਸ਼ਿਆਰ ਹੈ, ਠੀਕ ਹੈ। ਸੋ ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ ਦੀ ਆਪਾਂ ਗੱਲ ਕਰੀਏ, ਦੂਰ ਦੀਆਂ ਵਸਤੂਆਂ ਦੇ ਲਈ ਵਰਤਿਆ ਜਾਂਦਾ, ਜਿਵੇਂ ਉਹ ਜਿਹੜਾ ਉਹ ਘਰ ਬਹੁਤ ਸੁੰਦਰ ਹੈ, ਹੈ ਨਾ, ਉਹ ਕਿਤਾਬਾਂ ਬਹੁਤ ਜਿਹੜੀਆਂ ਨੇ ਵਧੀਆ ਹਨ, ਹੈ ਨਾ, ਮਤਲਬ ਦੂਰਵਰਤੀ, ਇੱਕ ਦੂਰ ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗੇ, ਦੂਰ ਦਾ ਪਤਾ ਲੱਗੇ, ਹੈ ਨਾ, ਹੁਣ ਜਿਹੜਾ ਵਿਸ਼ੇਸ਼ਣ ਵੀ ਪਤਾ ਲੱਗ ਰਿਹਾ ਆਪਾਂ ਨੂੰ, ਬਟ ਦੂਰ ਦਾ ਦੀ ਵੀ ਜਿਹੜਾ ਪਤਾ ਲੱਗੇ ਵੀ ਦੂਰ ਹੈ ਉਹ ਚੀਜ਼। ਨਿਕਟਵਰਤੀ ਜਿਹੜੀਆਂ ਚੀਜ਼ਾਂ ਨੇੜੇ ਆ, ਜਿਵੇਂ ਕਿ ਮੇਰੇ ਕੋਲ ਹੁਣ ਲੈਪਟੋਪ ਪਿਆ ਹੈ ਨਾ, ਤਾਂ ਮੈਂ ਕਹਿ ਰਹੀ ਹਾਂ ਕਿ ਇਹ ਲੈਪਟੋਪ ਬਹੁਤ ਵਧੀਆ ਚੱਲਦਾ ਹੈ ਨਾ, ਇਹ ਲੈਪਟੋਪ ਨੇੜੇ ਆ। ਜੇਕਰ ਕੋਈ ਦੂਰ ਪਈ ਮੇਰੇ ਕੋਲ ਚੀਜ਼, ਹੈ ਨਾ, ਜਿਵੇਂ ਦੂਰ ਕੋਈ ਡੈਸਕਟੋਪ ਕੰਪਿਊਟਰ ਪਿਆ, ਮੈਂ ਕਿਹਾ ਉਹ ਕੰਪਿਊਟਰ ਬਹੁਤ ਵਧੀਆ ਚੱਲਦਾ, ਤਾਂ ਉਹਦਾ ਮਤਲਬ ਉਹ ਦੂਰ ਹੈ, ਠੀਕ ਹੈ ਜੀ। ਸੋ ਨਿਸ਼ਚੈਵਾਚਕ ਵਿਸ਼ੇਸ਼ਣ ਦੇ ਵਿੱਚ 2 ਪ੍ਰਕਾਰ ਹੈ ਜੀ ਇਹਦੇ, ਜਿਹੜੇ ਨਿਸ਼ਚੈਵਾਚਕ, ਨਿਸ਼ਚਿਤ ਜਿਹੜੀ ਥਾਂ ਦੇ ਬਾਰੇ ਦੇ ਵਿੱਚ ਇਸ਼ਾਰੇ ਦੇ ਨਾਲ ਜਿੱਥੇ ਦੱਸਿਆ ਜਾਂਦਾ, ਠੀਕ ਹੈ ਜੀ, ਇਸ਼ਾਰੇ ਨਾਲ ਕਿਸੇ ਚੀਜ਼, ਵਸਤੂ, ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਆਪਾਂ ਦੱਸਦੇ ਹਾਂ, ਠੀਕ ਹੈ ਜੀ। ਜਿਵੇਂ ਇਹ ਆ, ਠੀਕ ਹੈ, ਅਤੇ ਇਹਦੇ 'ਚ ਉਹ, ਠੀਕ ਹੈ ਜੀ, ਦੂਰਵਰਤੀ ਨਿਸ਼ਚੈਵਾਚਕ ਵਿਸ਼ੇਸ਼ਣ।
ਇਸ਼ਾਰੇ ਦੇ ਨਾਲ ਦੱਸਦੇ ਆਪਾਂ ਕਿਸੇ ਚੀਜ਼ ਦੀ ਵਿਸ਼ੇਸ਼ਤਾ। ਨੈਕਸਟ ਆ ਗਿਆ ਜੀ ਪੜਨਾਮੀ ਵਿਸ਼ੇਸ਼ਣ ਦੀ ਆਪਾਂ ਗੱਲ ਕਰਾਂਗੇ ਜੀ। ਪੜਨਾਮੀ ਵਿਸ਼ੇਸ਼ਣ ਕੀ ਹੈ ਜੀ? ਸੋ ਪੜਨਾਮੀ ਵਿਸ਼ੇਸ਼ਣ ਕੀ ਹੈ ਜੀ? ਪੜਨਾਮ ਦਾ ਗੁਣ ਔਗਣ ਵਿਸ਼ੇਸ਼ਤਾ, ਜਿਹੜਾ ਕਿ ਪੜਨਾਮ ਦੀ ਗੁਣ ਔਗਣ ਜਿਹੜੀ ਵਿਸ਼ੇਸ਼ਤਾ ਹੈ ਉਹ ਦੱਸਦਾ ਹੈ। ਠੀਕ ਹੈ ਜੀ, ਜਿਵੇਂ ਇਹ, ਉਹ, ਉਸ, ਇਸ, ਤੁਹਾਡਾ, ਮੇਰਾ, ਮੈਂ, ਕਿਹੜਾ, ਕੌਣ, ਤੁਹਾਡਾ ਘਰ ਜਿਹੜਾ ਵੱਡਾ ਹੈ, ਜਿਵੇਂ ਤੁਹਾਡਾ ਘਰ ਵੱਡਾ ਹੈ, ਮੈਂ ਹੁਸ਼ਿਆਰ ਹਾਂ। ਸੋ ਪੜਨਾਮੀ ਵਿਸ਼ੇਸ਼ਣ ਹੈ ਜੀ, ਇਹ ਪੜਨਾਮ ਵਾਲੇ ਵਿਸ਼ੇਸ਼ਣ ਹੈ, ਜਿਵੇਂ ਇਹ, ਉਹ, ਉਸ, ਇਸ, ਤੁਹਾਡਾ, ਮੇਰਾ, ਮੈਂ, ਕਿਹੜਾ, ਕੌਣ, ਤਾਂ ਇਹ ਕੀ ਜੀ ਨੇ ਜੀ? ਤੁਹਾਡਾ ਘਰ ਵੱਡਾ ਹੈ, ਮੈਂ ਹੁਸ਼ਿਆਰ ਹਾਂ, ਇਹ ਹੁੰਦੇ ਜੀ ਪੜਨਾਮੀ ਵਿਸ਼ੇਸ਼ਣ। ਪੜਨਾਮ ਦੇ ਜ਼ਰੀਏ ਜਿਹੜੀ ਆਪਾਂ ਨੂੰ ਜਿਹੜੀ ਵਿਸ਼ੇਸ਼ਤਾ ਹੈ ਉਹ ਜਿਹੜੀ ਪਤਾ ਲੱਗਦੀ ਹੈ, ਤਾਂ ਉਹਨਾਂ ਨੂੰ ਕੀ ਬੋਲਿਆ ਜਾਂਦਾ? ਪੜਨਾਮ ਦੀ ਜਗ੍ਹਾ 'ਤੇ ਵਿਸ਼ੇਸ਼ਤਾ ਪਤਾ ਲੱਗਦੀ, ਕੀ ਬੋਲਿਆ ਜਾਂਦਾ ਹੈ ਜੀ? ਉਹਨਾਂ ਨੂੰ ਬੋਲਿਆ ਜਾਂਦਾ ਜੀ ਪੜਨਾਮੀ ਵਿਸ਼ੇਸ਼ਣ। ਠੀਕ ਹੈ, ਅਤੇ ਇੱਥੇ ਜਿਹੜਾ ਦੂਰ ਅਤੇ ਨੇੜੇ ਤੋਂ ਆਪਾਂ ਨੂੰ ਜਿਹੜੀ ਕੋਈ ਵਿਸ਼ੇਸ਼ਤਾ ਪਤਾ ਲੱਗਦੀ ਹੈ ਤਾਂ ਉਹ ਕੀ ਹੈ ਜੀ? ਨਿਸ਼ਚੈਵਾਚਕ ਵਿਸ਼ੇਸ਼ਣ। ਸੋ ਇਹ ਸੀਗਾ ਜੀ ਆਪਾਂ ਜਿਹੜਾ ਪੜ੍ਹਿਆ ਜੀ, ਆਪਾਂ ਪੜ੍ਹਿਆ ਅੱਜ ਵਿਸ਼ੇਸ਼ਣ ਦੇ ਬਾਰੇ ਦੇ ਵਿੱਚ। ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਅਗਲਾ ਜਿਹੜਾ ਪੜ੍ਹਾਂਗੇ ਜੀ, ਕਿਰਿਆ ਦੇ ਬਾਰੇ ਦੇ ਵਿੱਚ ਪੜ੍ਹਾਂਗੇ। ਸੋ ਇਹਦਾ ਪਤਾ ਲੱਗ ਗਿਆ ਜੀ ਵਿਸ਼ੇਸ਼ਤਾ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ, ਗੁਣ ਬਾਰੇ ਪਤਾ ਲੱਗਦਾ ਜਾਂ ਔਗਣ ਬਾਰੇ ਪਤਾ ਲੱਗਦਾ, ਵਿਸ਼ੇਸ਼ਣ ਦੇ ਪ੍ਰਕਾਰ ਕਿਸਮਾਂ ਜਿਹੜੀਆਂ ਨੇ, ਠੀਕ ਹੈ ਜੀ, ਇਹ ਪਤਾ ਲੱਗਦੀਆਂ ਨੇ, ਪੰਜ ਪ੍ਰਕਾਰ ਦੇ ਨੇ। ਗੁਣਵਾਚਕ ਵਿਸ਼ੇਸ਼ਣ ਹੈ ਜੀ, ਸੰਖਿਆਵਾਚਕ ਵਿਸ਼ੇਸ਼ਣ ਹੈ, ਪਰਿਮਾਣਵਾਚਕ ਵਿਸ਼ੇਸ਼ਣ ਹੈ, ਨਿਸ਼ਚੈਵਾਚਕ ਵਿਸ਼ੇਸ਼ਣ ਹੈ ਅਤੇ ਪੜਨਾਮੀ ਵਿਸ਼ੇਸ਼ਣ ਹੈ। ਠੀਕ ਹੈ ਜੀ, ਸੋ ਨੈਕਸਟ ਆਪਾਂ ਜਿਹੜੀ ਅਗਲੀ ਵੀਡੀਓ ਦੇ ਵਿੱਚ ਕਿਰਿਆ ਦੇ ਬਾਰੇ ਦੇ ਵਿੱਚ ਪੜ੍ਹਾਂਗੇ। ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਮੈਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ। ਅਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਜਿਹੜੇ ਉਹ ਤੁਹਾਡੇ ਤੱਕ ਜਿਹੜੇ ਪਹੁੰਚੇ ਉਹ ਸਕਣ। ਥੈਂਕਸ ਫੋਰ ਵਾਚਿੰਗ।